ਸੰਗਤਾਂ ਨੇ ਵਿਰੋਧ ਕਰਨਾ ਜੇ ਤੁਸੀਂ ਕੰਮ ਨੀ ਚੰਗੇ ਕੀਤੇ। ਜੇ ਤੁਹਾਡੇ ਚੰਗੇ ਕੰਮਾਂ ਨੂੰ ਸੰਗਤਾਂ ਨੇ ਤੁਹਾਡਾ ਸਾਥ ਦੇਣਾ ਸੀ, ਚੰਗੇ ਤਾਂ ਹੀ ਕਮੈਂਟ ਕਰਨੇ ਜੇ ਤੁਸੀਂ ਚੰਗੇ ਕੰਮ ਕਰਦੇ। ਇਹਨਾਂ ਨੇ ਮਤਲਬ ਕਿ ਉਹ ਪਿੱਠ ਚ ਛੁਰਾ ਮਾਰਨ ਵਾਲੀ ਗੱਲ ਕੀਤੀ ਆ। ਉਹਨਾਂ ਦੀ ਜਿਹੜੀ ਵਾਈਫ ਆ ਉਹ ਬਿਲਕੁਲ ਕਿਸੇ ਨਾਲ ਗੱਲ ਨੀ ਕਰਦੀ, ਨਾ ਉਹ ਵਿਰਸਾ ਬਟੂਆ ਨੂੰ ਜਾਣਦੀ ਆ ਕਿ ਇਹ ਕੌਣ ਵਾ। ਉਹ ਹੀ ਪਰਿਵਾਰ ਤੇ ਝੂਠ ਬਾਦ ਟਿੱਪਣੀਆਂ ਬਣਾ ਰਹੇ ਆ। ਇਹਨਾਂ ਨੂੰ ਕਹੋ ਕਿ ਚੋਣ ਲੜਨੀ ਮੈਦਾਨ ਚ ਲੜੋ, ਇਹੋ ਜਿਹੀਆਂ ਜਿਹੜੀਆਂ ਝੂਠੀਆਂ ਟਿੱਪਣੀਆਂ ਉਹ ਨਾ ਕਰੋ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤੁਸੀਂ ਸਲਾਹ ਵੀ ਨਾ ਕਰੋ, ਕਿਸੇ ਨੂੰ ਇਹ ਵੀ ਨਾ ਕਹੋ ਕਿ ਭਾਈ ਅਸੀਂ ਗੜਾ ਕੀਤਾ ਆ, ਸਗੋਂ ਉਲਟੀਆਂ ਅੱਖਾਂ ਕੱਢੀ ਜਾਓ ਯਾਰ, ਗੱਲ ਥੋੜੀ ਬਣਦੀ। ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਬੋਲਦਾ ਪੰਜਾਬ ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਹਲਕਾ ਖੰਡੂਰ ਸਾਹਿਬ ਦੀ, ਕਿਉਂਕਿ ਹਲਕਾ ਖੰਡੂਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਚੋਣਾਂ ਨੂੰ ਲੈ ਕੇ ਜਿਹੜਾ ਮਾਹੌਲ ਹੈ ਭਖਿਆ ਹੋਇਆ ਅਤੇ ਸਿਆਸੀ ਪਾਰਟੀਆਂ ਵੱਲੋਂ ਜਿਹੜੇ ਆਪਣੇ ਉਮੀਦਵਾਰ ਨੇ ਉਹ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ। ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਵਿਰਸਾ ਸਿੰਘ ਵਲਟੋਹਾ ਨੂੰ ਜਿਹੜੀ ਟਿਕਟ ਆ ਉਹ ਦਿੱਤੀ ਗਈ ਹੈ, ਅਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਗੱਲ ਕੀਤੀ ਜਾਵੇ ਤਾਂ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਨੇ ਉਹ ਚੋਣ ਲੜਨ ਜਾ ਰਹੇ ਨੇ। ਅੱਜ ਜਿਹੜੀ ਹੈ ਵਿਸ਼ੇਸ਼ ਵਿਰਸਾ ਸਿੰਘ ਵਲਟੋਹਾ ਦੀ ਜਿਹੜੀ ਹੈ ਮਿਲਣੀ ਹੋਈ ਹੈ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੇ ਨਾਲ, ਮਿਲਣੀ ਦੇ ਕੀ ਮਾਇਨੇ ਨੇ ਇਸ 'ਤੇ ਚਰਚਾ ਕਰਾਂਗੇ। ਮੇਰੇ ਨਾਲ ਹਰ ਵਾਰ ਦੀ ਤਰ੍ਹਾਂ ਮੇਰੇ ਸਹਿਯੋਗੀ ਮੌਜੂਦ ਨੇ ਗੁਰਮੁਖ ਸਿੰਘ ਰਪਾਣਾ ਜੀ। ਰਪਾਣਾ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਪਾਣਾ ਜੀ, ਕਹਿੰਦੇ ਵਿਰਸਾ ਸਿੰਘ ਵਲਟੋਹਾ ਦੀ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਮੁਲਾਕਾਤ ਹੋਈ ਹੈ, ਉਹ ਮੁਲਾਕਾਤ ਦੇ ਕੀ ਮਾਇਨੇ ਨੇ? ਅਮਰ ਜੀ ਦੀ ਗੱਲ ਇਹ ਵੀ ਮੁਲਾਕਾਤ ਹੋਈ ਹੈ ਜ਼ਰੂਰ, ਪਰ ਮੁਲਾਕਾਤ ਲਗਭਗ ਜਿਹੜੀ ਹੈ ਉਹ ਜਿਵੇਂ ਆਪਾਂ ਕਹਿੰਦੇ ਹਾਂ ਵੀ ਮੀਟਿੰਗ ਬੇਸਿੱਟਾ ਰਹੀ। ਬਿਲਕੁਲ ਬਿਲਕੁਲ, ਜਿਹੜੀ ਮੁਲਾਕਾਤ ਆ ਉਹ ਲਗਭਗ ਬੇਸਿੱਟਾ ਰਹੀ, ਤੇ ਇਸ ਮੀਟਿੰਗ ਦਾ, ਇਸ ਮੁਲਾਕਾਤ ਦਾ ਜਾਂ ਜਿਹੜੀ ਵੀ ਇਹ ਮਿਲਣੀ ਹੋਈ ਹੈ ਇਹਦਾ ਕੋਈ ਵੀ ਰਿਜ਼ਲਟ ਆ ਜਿਹੜਾ ਉਹ ਨਹੀਂ ਨਿਕਲੇਗਾ, ਕਿਉਂਕਿ ਭਾਈ ਅੰਮ੍ਰਿਤਪਾਲ ਚੋਣ ਮੈਦਾਨ 'ਚ ਉਤਰ ਰਹੇ ਨੇ ਅਤੇ ਉਹਦੇ ਪਰਿਵਾਰ ਨੇ ਕਰੀਬ ਕਰੀਬ ਇਹ ਐਲਾਨ ਕਰ ਦਿੱਤਾ ਕਿ ਅਸੀਂ ਆਪਣਾ ਪ੍ਰਚਾਰ ਕੱਲ੍ਹ ਤੋਂ ਸ਼ੁਰੂ ਕਰ ਰਹੇ ਹਾਂ ਅਤੇ ਚੋਣ ਪ੍ਰਚਾਰ ਦੇ ਨਾਲ ਚੋਣ ਮੈਦਾਨ ਦੇ ਵਿੱਚ ਉਤਰ ਰਹੇ ਹਾਂ। ਬਿਲਕੁਲ। ਵਿਰਸਾ ਸਿੰਘ ਵਲਟੋਹਾ ਅੱਜ ਉਹਦੇ ਪਰਿਵਾਰ ਕੋਲ ਗਏ ਸੀ, ਕੀ ਗਏ ਸੀ? ਉਹ ਕਹੇ ਸੀ ਕਿ ਸਾਨੂੰ ਉੱਥੋਂ ਅਕਾਲੀ ਦਲ ਨੂੰ ਸਮਰਥਨ ਦਿੱਤਾ ਜਾਵੇ ਜੀ, ਕਿਉਂਕਿ ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਨੇ, ਵਿਰਸਾ ਸਿੰਘ ਵਲਟੋਹਾ ਦਾ ਕਹਿਣਾ ਸੀ ਕਿ ਮੈਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਕਿਹਾ ਸੀ ਵੀ ਤੁਸੀਂ ਚੋਣ ਮੈਦਾਨ 'ਚ ਆਓ, ਜੇ ਤੁਹਾਨੂੰ ਟਿਕਟ ਮਿਲਦੀ ਹੈ ਤਾਂ ਅਸੀਂ ਤੁਹਾਡਾ ਸਮਰਥਨ ਕਰਾਂਗੇ। ਇਸ ਕਰਕੇ ਉਹ ਸਮਰਥਨ ਲੈਣ ਗਏ ਸੀ, ਪਰ ਗੱਲਾਂ ਗੱਲਾਂ ਦੇ ਵਿੱਚ ਉਹਨਾਂ ਦੇ ਪਰਿਵਾਰ ਨੇ, ਉਹਨਾਂ ਦੇ ਸਹਿਯੋਗੀਆਂ ਨੇ ਜਾਂ ਜਿਹੜੇ ਵੀ ਉੱਥੇ ਬੈਠੇ ਸੀ ਉਹਨਾਂ ਨੇ ਉਹਨਾਂ ਨੂੰ ਤੋੜ ਕੇ ਜਵਾਬ ਦਿੱਤਾ ਅਤੇ ਉਹਨਾਂ ਨੂੰ ਕਿਹਾ ਕਿ ਤੁਹਾਡਾ ਅਸੀਂ ਸਮਰਥਨ ਨਹੀਂ ਕਰ ਸਕਦੇ, ਭਾਈ ਅੰਮ੍ਰਿਤਪਾਲ ਸਿੰਘ ਹਰ ਹਾਲਤ ਦੇ ਵਿੱਚ ਚੋਣ ਮੈਦਾਨ 'ਚ ਉਤਰਨਗੇ। ਇਹ ਗੱਲ ਜਿਹੜੀ ਅੰਦਰਲੇ ਸੂਤਰਾਂ ਦੇ ਹਵਾਲੇ ਤੋਂ ਖਬਰ ਜਿਹੜੀ ਇਹੀ ਆਈ ਹੈ ਕਿ ਉਹਨਾਂ ਨੇ ਜਵਾਬ ਦਿੱਤਾ। ਹੁਣ ਗੱਲ ਆਪਾਂ ਸਭ ਤੋਂ ਪਹਿਲਾਂ ਕਰ ਲਈਏ ਕਿ ਖਡੂਰ ਸਾਹਿਬ ਜਿਹੜਾ ਹਲਕਾ ਹੈ, ਖਡੂਰ ਸਾਹਿਬ ਹਲਕੇ ਤੋਂ ਇਸ ਸਮੇਂ ਲਗਭਗ ਸਾਰੀਆਂ ਪਾਰਟੀਆਂ ਨੇ ਜਿਹੜੇ ਆਪਣੇ ਉਮੀਦਵਾਰ ਹੈ ਉਹ ਐਲਾਨ ਦਿੱਤੇ ਆ। ਬਿਲਕੁਲ ਬਿਲਕੁਲ। ਜਿਹਦੇ ਕਰੀ ਅਕਾਲੀ ਦਲ ਦੀ ਵਿਰਸਾ ਸਿੰਘ ਵਲਟੋਹਾ, ਆਮ ਆਦਮੀ ਪਾਰਟੀ ਤੋਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਬਿਲਕੁਲ ਸਭ ਤੋਂ ਪਹਿਲਾਂ ਉਮੀਦਵਾਰ ਉਹੀ ਤਾਰੇ ਸੀ। ਹਾਂ ਬਿਲਕੁਲ ਤਾਰੇ। ਉਸ ਤੋਂ ਬਾਅਦ ਜੇਕਰ ਕਾਂਗਰਸ ਦੀ ਗੱਲ ਕਰੀਏ, ਉਹਨਾਂ ਨੇ ਅੱਜ ਕੁਲਵੀਰ ਸਿੰਘ ਜੀਰਾ ਜਿਹੜੇ MLA ਸੀਗੇ ਉਹਨਾਂ ਨੂੰ ਉਮੀਦਵਾਰ ਚੋਣ ਮੈਦਾਨ 'ਚ ਉਤਾਰਤਾ, ਅਤੇ BJP ਤੋਂ ਮਨਜੀਤ ਸਿੰਘ ਮੰਨਾ ਜੀ, ਅਤੇ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੇ ਮਾਨ ਦਲ ਵੱਲੋਂ ਉਹਨਾਂ ਤੋਂ ਹਰਪਾਲ ਸਿੰਘ ਬਲੇਰ ਚੋਣ ਮੈਦਾਨ ਸੀ,
ਤੇ ਜਿਨ੍ਹਾਂ ਨੇ ਆਪਣੀ ਜਿਹੜੀ ਟਿਕਟ ਹੈ ਉਹ ਵਾਪਿਸ ਲੈ ਲਈ ਹੈ, ਕਿਉਂਕਿ ਕੱਲ੍ਹ ਸਿਮਰਜੀਤ ਸਿੰਘ ਮਾਨ ਨੇ ਜਿਹੜਾ ਐਲਾਨ ਕਰ ਦਿੱਤਾ ਸੀ ਕਿ ਅਸੀਂ ਇਹ ਸੀਟ ਛੱਡ ਰਹੇ ਹਾਂ ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਕਰਾਂਗੇ। ਠੀਕ ਹੈ, ਇਹ ਤਾਂ ਹੈਗੇ ਚੋਣ ਮੈਦਾਨ 'ਚ। ਤੁਹਾਨੂੰ ਤੁਹਾਡੀ ਕੋਈ ਨਿੱਜੀ ਜਿਹੜੀ ਹੈ ਗੱਲਬਾਤ ਹੋਈ ਹੈ ਜੇਕਰ ਗੱਲ ਕੀਤੀ ਜਾਵੇ, ਕਿਉਂਕਿ ਇੱਥੇ ਪੰਥਕ ਸੀਟ ਜਿਹੜੀ ਹੈ ਉਹ ਮੰਨੀ ਜਾਂਦੀ ਹੈ, ਜਦੋਂ ਵਿਰਸਾ ਸਿੰਘ ਬਲਟੋਆ ਦੀ ਮੁਲਾਕਾਤ ਹੁੰਦੀ ਹੈ ਤਾਂ ਤੁਹਾਡੀ ਕੋਈ ਗੱਲਬਾਤ ਹੋਈ ਹੈ ਵੀ ਉਹ? ਬਿਲਕੁਲ, ਆਪਾਂ 2 ਮਿੰਟ ਦੇ ਅੰਦਰ ਉਹਨਾਂ ਦੀ ਗੱਲ ਵੀ ਕਰਦੇ ਹਾਂ, ਵਿਰਸਾ ਸਿੰਘ ਬਲਟੋਆ ਨਾਲ ਵੀ ਗੱਲ ਕਰਾਂਗੇ ਅਤੇ ਕਿਸੇ ਪੰਥਕ ਜਿਹੜਾ ਕੋਈ ਉਮੀਦਵਾਰ ਆ ਜਾਂ ਕੋਈ ਪੰਥਕ ਲੀਡਰ ਆ ਉਹਦੇ ਨਾਲ ਵੀ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਆਪਾਂ ਸਿਰਫ ਦਰਸ਼ਕਾਂ ਨੂੰ ਇਹ ਦੱਸ ਦਈਏ ਕਿ ਜਿਹੜਾ ਖਡੂਰ ਸਾਹਿਬ ਹਲਕਾ ਜਿਹੜੇ ਉਹਦੇ 9 ਵਿਧਾਨ ਸਭਾ ਹਲਕੇ ਆਉਂਦੇ ਨੇ, ਕਿਉਂਕਿ ਇੱਕ ਜਿਹੜਾ ਹਲਕਾ 'ਚ 9 ਵਿਧਾਨ ਸਭਾ ਹਲਕੇ ਨੇ ਪੂਰੇ ਪੰਜਾਬ ਦੇ ਵਿੱਚ, ਤਾਂ ਉਹਦੇ ਜਿਹੜੇ 9 ਵਿਧਾਨ ਸਭਾ ਹਲਕੇ 'ਚ ਇਹ ਹੈ ਸੁਲਤਾਨਪੁਰ ਲੋਧੀ, ਜੀਰਾ, ਜੰਡਿਆਲਾ, ਬਾਬਾ ਬਕਾਲਾ ਅਤੇ ਕਪੂਰਥਲਾ, ਖਡੂਰ ਸਾਹਿਬ, ਤਰਨ ਤਾਰਨ, ਖੇਮਕਰਨ ਅਤੇ ਪੱਟੀ। ਇਹ ਸਾਰੇ ਉਹ ਹਲਕੇ ਨੇ ਵਿਧਾਨ ਸਭਾ ਜਿਹੜੇ ਬਾਰਡਰ ਏਰੀਏ ਦੇ ਸਰਹੱਦੀ ਇਲਾਕੇ ਨੇ, ਆਸ-ਪਾਸ ਨੇ। ਹਾਂ ਬਿਲਕੁਲ, ਸਰਹੱਦੀ ਇਲਾਕੇ ਨੇ ਸਾਰੇ ਜਿਹੜੇ ਵਿਧਾਨ ਸਭਾ ਦੇ ਹਲਕੇ ਨੇ, ਅਤੇ ਇਸ ਕਰਕੇ ਉਹ ਜਿਹੜੀ ਖਡੂਰ ਸਾਹਿਬ ਹਲਕਾ ਹੈ, ਜਿਵੇਂ ਤੁਸੀਂ ਪਹਿਲਾਂ ਗਿਆ ਕਿ ਇੱਕ ਉਹ ਪੰਥਕ ਸੀਟ ਮੰਨੀ ਜਾਂਦੀ ਸੀ, ਬਿਲਕੁਲ ਠੀਕ ਹੈ। ਹੁਣ ਉਹ ਪੰਥਕ ਸੀਟ ਦੇ ਕੀ ਮਾਇਨੇ ਨੇ, ਕੀ ਅਕਾਲੀ ਦਲ ਪੰਥਕ ਸੀਟ ਮੰਨਦਾ, ਕੀ ਦੂਜੀਆਂ ਪਾਰਟੀਆਂ ਪੰਥਕ ਸੀਟ ਮੰਨਦੀਆਂ ਨੇ ਹੁਣ ਕਿ ਨਹੀਂ ਮੰਨਦੀਆਂ, ਇਹ ਆਪਾਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਵਿਰਸਾ ਸਿੰਘ ਬਲਟੋਹਾ ਅਤੇ ਕਿਸੇ ਵੀ ਇੱਕ ਜਿਹੜਾ ਵੀ ਕੋਈ ਪਾਰਟੀ 'ਚ ਇਮਾਨ ਦਲ ਤੋਂ ਆਉਂਦੇ ਆ ਜਾਂ ਕਿਸੇ ਜਿਹੜਾ ਪਰਿਵਾਰ ਆ ਅੰਮ੍ਰਿਤਪਾਲ ਦਾ, ਅਗਰ ਉਹਨਾਂ ਦੇ ਪਿਤਾ ਜੀ ਆ, ਉਹਨਾਂ ਦੇ ਮਾਤਾ ਜੀ ਹੈ, ਅਗਰ ਉਹਨਾਂ ਨਾਲ ਗੱਲਬਾਤ ਹੁੰਦੀ ਆ ਆਪਾਂ ਉਹ ਵੀ ਕਰਦੇ ਹਾਂ ਅਤੇ ਉਸ ਤੋਂ ਬਾਅਦ ਅਗਲੇ ਜਿਹੜੀ ਚਰਚਾ ਕਰਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਬਲਟੋਹਾ ਸਾਹਿਬ, ਜਿਹੜੇ ਅੱਜ ਸਵੇਰੇ ਅੰਮ੍ਰਿਤਪਾਲ ਦੇ ਪਿਤਾ ਅਤੇ ਮਾਤਾ ਦੇ ਨਾਲ ਮੀਟਿੰਗ ਕਰਕੇ। ਬਲਟੋਹਾ ਸਾਹਿਬ, ਤੁਹਾਡਾ ਬੋਲਦਾ ਪੰਜਾਬ ਪ੍ਰੋਗਰਾਮ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਬਲਟੋਹਾ ਸਾਹਿਬ, ਅੱਜ ਸਵੇਰੇ ਤੁਹਾਡੇ ਅੰਮ੍ਰਿਤਪਾਲ ਦੇ ਪਿਤਾ ਅਤੇ ਮਾਤਾ ਨਾਲ ਮੀਟਿੰਗ ਹੋਈ ਹੈ, ਕੀ ਫੈਸਲਾ ਕੀ ਹੋਇਆ? ਦੇਖੋ, ਫੈਸਲਾ ਉਹਨਾਂ ਨੇ ਕਰਨਾ ਜੀ, ਸਾਡਾ ਕੰਮ ਸੀਗਾ, ਫਰਜ਼ ਸੀਗਾ, ਬੇਨਤੀ ਸ਼ਬਦ ਜੀ, ਬੇਨਤੀ ਕਰਕੇ ਆਏ ਆ ਜੀ, ਕਿ ਹੁਣ ਕਿਉਂਕਿ ਮੈਂ ਜਦੋਂ ਖਡੂਰ ਸਾਹਿਬ ਹਲਕੇ ਤੋਂ ਟਿਕਟ ਨੂੰ ਲੈ ਕੇ ਚਰਚਾ ਚੱਲਦੀ ਸੀ ਜੀ ਅਕਾਲੀ ਦਲ ਵੱਲੋਂ, ਤੇ ਉਹਦੇ ਚ ਮੇਰੇ ਨਾਂ ਤੇ ਚਰਚਾ ਚੱਲਦੀ ਸੀ ਜੀ ਜੀ, ਭਾਵੇਂ ਕਿ ਜਦ ਤੱਕ ਐਲਾਨ ਨੀ ਹੋ ਜਾਂਦਾ ਤੇ ਪਤਾ ਨੀ ਹੁੰਦਾ, ਪਰ ਫਿਰ ਵੀ ਮੈਂ ਪਰਿਵਾਰ ਨੂੰ, ਜਿਹਨੂੰ ਕਹਿ ਦਈਏ ਪਰਿਵਾਰ ਦਾ ਕਰਤਾ ਧੰਦਾ ਜਿਹੜਾ ਹੈ ਜੀ, ਹਾਂਜੀ ਜੀ ਜੀ, ਜਿਹੜਾ ਮਤਲਬ ਮੁੱਖ ਸਲਾਹਕਾਰ ਕਹਿ ਲੋ, ਹਾਂਜੀ ਜੀ ਜੀ ਜੀ, ਉਹਦੇ ਨਾਲ ਮੇਰੀ ਗੱਲ ਚੱਲਦੀ ਰਹੀ ਸੀ ਜੀ, ਕਿ ਖਡੂਰ ਸਾਹਿਬ ਤੋਂ ਅਕਾਲੀ ਦਲ ਮੈਨੂੰ ਟਿਕਟ ਦਊਗਾ ਜੀ, ਹਾਂਜੀ ਜੀ ਜੀ ਜੀ, ਮਤਲਬ ਪਰਿਵਾਰ ਦੇ ਨਾਲ ਗੱਲ ਕਰ ਛੱਡਿਆ ਜੇ ਜੀ, ਪਰਿਵਾਰ ਨੂੰ ਮਤਲਬ ਗੱਲ ਨੂੰ ਮੱਦੇ ਲੋੜ ਜਾਂ ਕਿਸੇ ਤਰ੍ਹਾਂ ਵੀ ਹੁੰਦਾ ਵੀ ਇੱਕ ਤਰ੍ਹਾਂ ਦੀ ਅਪੀਲ ਵਗੈਰਾ ਵੀ ਹੈ। ਬਲਟੋਹਾ ਸਾਹਿਬ, ਮੈਂ ਮਾਫੀ ਹੈ ਕਿ ਤੁਹਾਨੂੰ ਵਿਚਾਲੇ ਰੋਕ ਰਿਹਾ, ਤੇ ਗੱਲ ਇਹ ਹੈ ਕਿ ਉਹਨਾਂ ਨੇ ਤਾਂ ਉਮੀਦਵਾਰੀ ਜਿਹੜੀ ਅੰਮ੍ਰਿਤਪਾਲ ਦਾ ਐਲਾਨ 2 ਦਿਨ ਪਹਿਲਾਂ ਕਰਤਾ ਸੀ, ਪਰ ਤੁਹਾਡਾ ਐਲਾਨ ਬਾਅਦ ਚ ਹੋਇਆ, ਕੀ ਇੱਥੇ ਜਿਹੜੀ ਚਰਚਾ ਚੱਲ ਰਹੀ ਹੈ ਕਿ ਅਕਾਲੀ ਦਲ ਨੂੰ ਸਮਰਥਨ ਦੇ ਦੇਣਾ ਚਾਹੀਦਾ ਸੀ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਮੈਨੂੰ ਗੱਲ ਪੂਰੀ ਗੱਲ ਲੱਗੀ ਜਿਹੜੀ ਗੱਲ ਤੁਸੀਂ ਪਹਿਲਾਂ ਕੀਤੀ ਸੀ ਜੀ ਜੀ ਜੀ, ਅਖੀਰ ਤੱਕ ਮੇਰੀ ਉਹਨਾਂ ਨਾਲ ਗੱਲ ਚੱਲਦੀ ਰਹੀ, ਉਹਨਾਂ ਕਿਹਾ ਜੀ ਬਿਲਕੁਲ ਕੋਈ ਇਲੈਕਸ਼ਨ ਨਹੀਂ ਲੜ ਜੀ, ਪਰ ਤੁਸੀਂ ਵੀ ਦੇਖਿਆ ਨਾ ਰਾਜਦੇਵ ਸਿੰਘ ਨੇ, ਜਿਹੜੇ ਆਰ ਐਸ ਐਸ ਦੇ ਆਗੂ ਆ ਐਡਵੋਕੇਟ ਰਾਜਦੇਵ ਸਿੰਘ ਜੀ, ਉਹਨਾਂ ਨੇ ਡਿਬਰੂਗੜ੍ਹ ਜੇਲ ਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੁਲਾਕਾਤ ਕਰਨ ਤੋਂ ਬਾਅਦ ਐਲਾਨ ਕਰਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਇਲੈਕਸ਼ਨ ਲੜਨਗੇ ਜੀ, ਤੇ ਜਦੋਂ ਮੈਂ ਗੱਲ ਕੀਤੀ ਤੇ ਉਹ ਕਹਿੰਦੇ ਅਸੀਂ ਤੇ ਆਪ ਪਰੇਸ਼ਾਨ ਵੀ ਇਹਨੇ ਕਿਸੇ ਸੁਧਾਰ ਨੀ ਕਰਤਾ, ਕੁਛ ਨੀ ਕੀਤਾ ਹੈ ਜੀ, ਗਲਤ ਕੀਤਾ ਹੈ, ਅਸੀਂ ਕੋਈ ਇਲੈਕਸ਼ਨ ਨੀ ਲੜ ਰਹੇ, ਉਹਨਾਂ ਦੀ ਮਾਤਾ ਦਾ ਖੰਡਨ ਵੀ ਆਇਆ, ਉਹਨਾਂ ਦੇ ਪਿਤਾ ਦਾ ਖੰਡਨ ਵੀ ਆਇਆ, ਉਹਨਾਂ ਨੇ ਕਿਹਾ ਕਿ ਅਸੀਂ ਮਿਲਣ ਵਾਸਤੇ ਜਾ ਰਹੇ ਹਾਂ, ਵੀ ਆ ਗਏ ਕਿਉਂਕਿ ਚੋਣਾਂ ਬਾਰੇ ਕੋਈ
ਚਰਚਾ ਨਹੀਂ ਹੋਈ, ਕੋਈ ਗੱਲਬਾਤ ਨਹੀਂ ਹੋਈ। ਅੱਛਾ ਹੁਣ ਹੁਣ ਕਿਧਰੋਂ ਮੇਰੇ ਵਾਲਾ ਪ੍ਰੋਸੈਸ ਵੱਧ ਰਿਹਾ ਸੀ ਅੱਗੇ ਜੀ, ਹਾਂਜੀ ਜੀ, ਤੇ ਕਿਧਰੋਂ ਇਹਨਾਂ ਨੇ ਯਕਦਮ ਐਲਾਨ ਕਰਤਾ ਜੀ, ਐਲਾਨ ਕਰਤਾ ਤੇ ਪੁੱਛਦੀ ਅੱਗੇ ਅਕਾਲੀ ਦਲ ਤੇਰਾ ਸੀਟਾਂ ਤੇ ਲੜਨਾ ਸੀ, ਫਿਰ ਜੇ ਮੈਂ ਇਹਨਾਂ ਨਾਲ ਗੱਲ ਕਰਦਾ ਰਿਹਾ ਜੀ, ਇਹਨਾਂ ਦੀ ਕੋਈ ਇੱਛਾ ਸੀਗੀ ਤੇ ਮੇਰੇ ਕੋਲ ਗੱਲ ਕਰਦੇ ਭਾਈ ਆਹ ਗੱਲਬਾਤ ਆ, ਮੈਂ ਆਪਦਾ ਵੇਖਦਾ ਮੈਂ ਆਉਣਾ ਕਿ ਨਹੀਂ ਆਉਣਾ, ਮੈਂ ਲੜਨਾ ਨਹੀਂ ਲੜਨਾ, ਪਾਰਟੀ ਲੜਾਉਣਾ ਨਹੀਂ ਲੜਾਉਣਾ ਹੋਊਗਾ, ਪਾਰਟੀ ਦਾ ਮਸਲਾ ਸੀਗਾ, ਮੇਰੀ ਆਪਦੀ ਗੱਲ ਸੀਗੀ ਜੀ ਜੀ। ਹੁਣ ਮੈਨੂੰ ਹਾਮੀ ਭਰਦਾ ਗਿਆ ਜਿਹੜਾ ਵਿਚਲਾ ਬੰਦਾ ਸੀ, ਨਿੱਕੀ ਨਿੱਕੀ ਗੱਲ ਦੱਸੀ ਗਿਆ ਵੀ ਆਹ ਆ ਜੀ ਉਹ ਆ ਜੀ, ਹਾਂਜੀ, ਤੇ ਮੈਂ ਉਹਦੇ ਤੇ ਵਿਸ਼ਵਾਸ ਕੀਤਾ ਜੀ ਜੀ ਜੀ। ਕਹਿੰਦਾ ਇਹਨਾਂ ਨੇ ਯਕਦਮ ਜਿਹੜਾ ਆ ਉਮੀਦਵਾਰ ਖੜਾ ਕਰਤਾ ਜੀ, ਹਾਂਜੀ, ਉਹਨੂੰ ਐਲਾਨ ਕਰਤਾ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤੁਸੀਂ ਸਲਾਹ ਵੀ ਨਾ ਕਰੋ, ਕਿਸੇ ਨੂੰ ਇਹ ਵੀ ਨਾ ਕਹੋ ਤੇ ਭਾਈ ਅਸੀਂ ਖੜਾ ਕੀਤਾ ਆ, ਸਗੋਂ ਉਲਟੀਆਂ ਅੱਖਾਂ ਕੱਢੀ ਜਾਓ ਯਾਰ, ਗੱਲ ਥੋੜੀ ਬਣਦੀ। ਤੇ ਬਲਟੋ ਸਾਹਿਬ, ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਉਮੀਦਵਾਰ ਸੀ ਬਲੇਰ, ਤੇ ਉਹ ਕਹਿੰਦੇ ਵੀ ਸਾਨੂੰ ਹਾਮੀ ਭਰੀ ਹੋਈ ਸੀ ਅੰਮ੍ਰਿਤਪਾਲ ਦੇ ਪਰਿਵਾਰ ਨੇ। ਚਲੋ ਇਹ ਤੇ ਉਹਨਾਂ ਨੂੰ ਪਤਾ ਹੋਊਗਾ ਜੀ, ਹਾਮੀ ਭਰੀ ਸੀ ਜੀ, ਹਾਮੀ ਭਰੀ ਸੀ ਜੀ, ਹਾਂਜੀ, ਤੇ ਫਿਰ ਅੰਮ੍ਰਿਤਪਾਲ ਸਿੰਘ ਨੇ ਕਾਗਜ਼ ਕਿਉਂ ਭਰੇ ਜੀ ਜੀ ਜੀ। ਤੇ ਹੁਣ ਇੱਕ ਮੀਡੀਆ ਨੂੰ ਇਹਦਾ ਮਤਲਬ, ਇਹਦਾ ਮਤਲਬ ਹੈ ਵੀ ਅੰਮ੍ਰਿਤਪਾਲ ਸਿੰਘ ਇਲੈਕਸ਼ਨ ਨਹੀਂ ਸੀ ਲੜਨਾ ਚਾਹੁੰਦੇ, ਜਿਹੜਾ ਕਿ ਉਹਨਾਂ ਦਾ ਏਜੰਡਾ ਵੀ ਸੀਗਾ ਜੀ ਜੀ। ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਥੋੜੀ ਦੇਰ ਪਹਿਲਾਂ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਅਸੀਂ ਪ੍ਰਚਾਰ ਕਰਾਂਗੇ ਤੇ ਸਾਡਾ ਜਿਹੜਾ ਫੈਸਲਾ ਹੋ ਚੁੱਕਿਆ ਕਿ ਅਸੀਂ ਇਲੈਕਸ਼ਨ ਲੜਾਂਗੇ, ਅਸੀਂ ਵਾਪਸ ਨਹੀਂ ਹੋਣਾ। ਕਹਿੰਦੇ ਵਾਪਸ ਵਾਸਤੇ ਤਾਂ ਕੋਈ ਨੀ ਕਹਿੰਦਾ, ਅਸੀਂ ਤੇ ਬੇਨਤੀ ਕੀਤੀ, ਉਹ ਤਾਂ ਉਹਨਾਂ ਦੀ ਮਰਜ਼ੀ ਹੈ ਨਾ ਜੀ, ਉਹ ਤਾਂ ਉਹਨਾਂ ਦੀ ਮਰਜ਼ੀ ਹੈ ਨਾ, ਕੋਈ ਕਿਹਨੂੰ ਕਿਹਨੂੰ ਥੋਪ ਥੋੜੀ ਸਕਦਾ ਹੈ, ਕਿਸੇ ਨੂੰ ਕੰਪੈਲ ਥੋੜੀ ਕਰ ਸਕਦਾ ਹੈ, ਠੀਕ ਹੈ ਨਾ। ਮੇਰਾ ਫਰਜ਼ ਬਣਦਾ ਸੀ ਇੱਕ ਬਤੌਰ ਸਿੱਖ, ਇੱਕ ਨਿਮਾਣੇ ਸਿੱਖ, ਇੱਕ ਜਿਹਦੇ ਮੈਂ ਦੇਖੋ ਮੈਂ ਹੈਗਾ, ਭਾਵੇਂ ਸਾਡੇ ਚ ਕਈ ਗੁਨਾਹ ਹੋਣਗੇ ਜੀ ਜੀ, ਪਰ ਮੈਂ ਇੱਕ ਪੰਥਕ ਰਵਾਇਤਾ ਨੇ ਜੀ, ਮੈਂ ਹਮੇਸ਼ਾ ਉਹਨਾਂ ਤੇ ਪਹਿਰਾ ਦੇਣ ਦੀ ਕੋਸ਼ਿਸ਼ ਕੀਤੀ, ਕਮੀਆਂ ਰਹੀਆਂ ਹੋਣਗੀਆਂ ਜੀ ਜੀ ਜੀ, ਮੈਂ ਆਪਦੀ ਪੰਥਕ ਰਵਾਇਤ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆ ਜੀ ਮੈਂ ਪਰਿਵਾਰ ਕੋਲ ਜਾ ਕੇ ਆਪਦਾ ਫਰਜ਼ ਅਦਾ ਕਰਕੇ ਆਇਆ, ਬੇਨਤੀ ਕਰਕੇ ਜੀ ਜੀ। ਬਲਟੋਆ ਸਾਹਿਬ, ਇਹ ਜਿਹੜੀ ਖਡੂਰ ਸਾਹਿਬ ਸੀਟ ਹੈ, ਇੱਕ ਪੰਥਕ ਸੀਟ ਮੰਨੀ ਜਾਂਦੀ ਹੈ ਪੂਰੇ ਪੰਜਾਬ ਚ, ਤੇ ਲੱਗਦਾ ਨਹੀਂ ਵੀ ਉਧਰ ਅੰਮ੍ਰਿਤਪਾਲ ਸਿੰਘ ਖੜੇ ਆ, ਉਧਰੋਂ ਤੁਸੀਂ ਚੋਣ ਮੈਦਾਨ ਚੋ, ਤੁਸੀਂ ਵੀ ਇੱਕ ਪੰਥਕ ਚਿਹਰਾ ਹੋ ਵੱਡਾ, ਤੇ ਜਿਹੜੀ ਪੰਥਕ ਵੋਟ ਆ ਖਾਸ ਕਰਕੇ ਉਹ ਡਿਵਾਈਡ ਹੋ ਜਾਏਗੀ, ਦੋ ਥਾਂ ਵੰਡੀ ਜਾਏਗੀ। ਚਲੋ ਉਸ ਲਈ ਬਣਦਾ ਕੀ ਨੀ ਬਣਦਾ, ਹੁਣ ਇਹਦੇ ਚ ਨਾ ਮੈਂ ਕੁਛ ਕਰ ਸਕਦਾ ਨਾ ਉਹ ਕਰ ਸਕਦੇ ਜੀ, ਠੀਕ ਹੈ ਨਾ ਜੀ। ਉਹ ਤਾਂ ਕੋਈ ਮਤਲਬ ਨਾ ਤੁਹਾਡੇ ਘਰ ਦੀ ਗੱਲ ਹੈ, ਉਹਦੇ ਜੋ ਹੋਣਾ ਉਹੀ ਹੋਣਾ, ਬਾਕੀ ਹੈਗਾ ਜਿਹੜਾ ਪੰਥ ਪੁੰਥ ਨਾ ਜੀ, ਹੁਣ ਗੱਲ ਆਪਾਂ ਪੰਥ ਦੀ ਕਰੀ ਜਾਂਦੇ ਹਾਂ, ਪੰਥ ਕਿਹਾ ਜੇ ਉਹ ਹੁੰਦਾ ਸੀਗਾ ਕਿਸੇ ਟਾਈਮ, ਲੋਕੀ ਪੰਥ ਨਾਲ ਜੁੜੇ ਹੁੰਦੇ ਸੀ, ਪੰਥ ਦਾ ਦਰਸ ਹੁੰਦਾ ਸੀ, ਤਿੰਨ ਤਿੰਨ ਵਾਰਾਂ ਦੇ ਕਾਫੀ ਸਰਕਾਰ ਬਣਾਤੀ ਪੰਜਾਬ ਚ ਜੀ ਜੀ, ਹਾਂਜੀ ਜੀ ਜੀ, ਤਿੰਨ ਕਰੋੜਾਂ ਦੀ ਸਰਕਾਰ ਬਣਾਤੀ ਪੰਥ ਦੀ, ਇੱਥੇ ਪਿਛਲੀ ਵਾਰੀ ਡਿੰਪਾ ਇੱਥੋਂ ਐਮ ਪੀ ਬਣਾਤਾ, ਇਹ ਪੰਥ ਹਲਕਾ ਸੀ ਨਾ ਜੀ 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 ਜੀ, ਹਾਂਜੀ, ਇਸ ਕਰਕੇ ਜਿਹੜੀਆਂ ਇਹਨਾਂ ਗੱਲਾਂ ਚ ਆਪਾਂ ਹੁਣ ਲੰਬ ਬਾਕੀ ਨੂੰ ਜੀ, ਮੈਂ ਤੇ ਮੇਰੇ ਤੇ ਮੋਟੀ ਜੀ ਗੱਲ ਹੈ ਜੀ ਜੀ, ਤੇ ਜੇ ਵਿਰਸਾ ਸਿੰਘ ਵਡੋਹਾ ਦੀ ਪੰਥ ਪ੍ਰਤੀ ਪੰਜਾਬ ਪ੍ਰਤੀ ਕਾਰਗੁਜ਼ਾਰੀ ਚ ਕੋਈ ਤਣ ਹੈਗਾ ਕਣ ਹੈਗਾ ਜੀ, ਤੇ ਜੇ ਵਿਰਸਾ ਸਿੰਘ ਵਡੋਹਾ ਨੇ ਪੰਥ ਤੇ ਪੰਜਾਬ ਦੀ ਖਾਤਰ ਕੋਈ ਲੜਾਈ ਲੜੀ ਆ, ਤਸ਼ੱਦਦ ਝੱਲੇ ਆ, ਜੇਲਾਂ ਕੱਟੀਆਂ ਆ ਜੀ, ਅੱਜ ਵੀ ਉਸੇ ਸਟੈਂਡ ਤੇ ਆ, ਉਸੇ ਆਵਾਜ਼ ਦੇ ਨਾਲ, ਜਿੱਥੇ ਵੀ ਕੋਈ ਪੰਥਕ ਮਸਲਾ ਹੁੰਦਾ, ਖਾਸ ਕਰਕੇ ਬੰਦੀ ਸਿੰਘਾਂ ਦਾ ਮਸਲਾ ਹੁੰਦਾ, ਉੱਥੇ ਸਭ ਤੋਂ
ਅੱਗੇ ਹੋ ਕੇ ਆਪਦਾ ਰੋਲ ਅਦਾ ਕਰੀਦਾ ਆ ਤੇ ਜਿੱਥੇ ਵੀ ਕਿਤੇ ਹੋਈਦਾ ਨਿਹੰਗਾਂ ਵਾਂਗ ਕੋਈ ਲੜਾਈ ਲੜੀ ਆ ਤਸ਼ੱਦਦ ਚੱਲੇ ਆ ਜੇਲਾਂ ਕੱਟੀਆਂ ਆ ਅੱਜ ਵੀ ਉਸੇ ਸਟੈਂਡ ਤੇ ਆ ਉਸੇ ਆਵਾਜ਼ ਦੇ ਨਾਲ ਜਿੱਥੇ ਵੀ ਕੋਈ ਪੰਥਕ ਮਸਲਾ ਹੁੰਦਾ ਖਾਸ ਕਰਕੇ ਬੰਦੀ ਸਿੰਘਾਂ ਦਾ ਮਸਲਾ ਹੁੰਦਾ ਉੱਥੇ ਸਭ ਤੋਂ ਅੱਗੇ ਹੋ ਕੇ ਆਪਦਾ ਰੋਲ ਅਦਾ ਕਰੀਦਾ ਆ ਤੇ ਜਿੱਥੇ ਵੀ ਕਿਤੇ ਹੋਈਦਾ ਨਿਹੰਗਾਂ ਵਾਂਗ ਖੜੇ ਹੋ ਕੇ ਆਪਦਾ ਧਾਕੜ ਪੁਣੇ ਦੇ ਨਾਲ ਜਿਹੜਾ ਆ ਜਿਹਦੇ ਵਾਸਤੇ ਸਾਡੇ ਵਰਗਿਆਂ ਨੂੰ ਜਾਣਿਆ ਜਾਂਦਾ ਆ ਇਲਾਕੇ ਦੇ ਵਿੱਚ ਵਿਚਰਦੇ ਆ ਪਰਿਵਾਰਕ ਸਾਂਝਾਂ ਵਾਂਗ ਵਿਚਰਦੇ ਆ ਔਰ ਲੋਕਾਂ ਦੇ ਕੰਮ ਪੁੱਗੇ ਤੇ ਸਾਡੀ ਇੱਕ ਆਪਣੀ ਇਮੇਜ ਬਣੀ ਹੋਈ ਬਲਟੋਆ ਸਾਹਿਬ ਇੱਕ ਆਖਰੀ ਸਵਾਲ ਬਲਟੋਆ ਸਾਹਿਬ ਇੱਕ ਆਖਰੀ ਸਵਾਲ ਮੈਨੂੰ ਵੋਟ ਪਾ ਦਿਆ ਜੀ 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 ਜੇ ਮੇਰੇ ਤੋਂ ਕਿਸੇ ਦੀ ਹੋਰ ਯਾਰ ਵਿਰਸਾ ਸਿੰਘ ਬਲਟੋਆ ਨਾਲ ਬੰਦਾ ਹੋਰ ਕੁਛ ਨੀ ਹੈ ਜੀ ਜੀ ਅੰਮ੍ਰਿਤਪਾਲ ਦੀ ਪੰਜਾਬ ਨੂੰ ਕੋਈ ਦੇਣ ਨੀ ਖੜੂਰ ਸਾਹਿਬ ਨੂੰ ਕੋਈ ਦੇਣ ਨੀ ਤੁਹਾਡਾ ਕੋਈ ਬਿਆਨ ਵਾਇਰਲ ਹੋ ਰਿਹਾ ਸੀਗਾ ਉਹ ਕਿਵੇਂ ਦੇਖਦੇ ਹੋ ਬਿਆਨ ਕਿਵੇਂ ਦਿੱਤਾ ਗਿਆ ਅੰਮ੍ਰਿਤਪਾਲ ਸਿੰਘ ਬਾਰੇ ਵੀ ਅੰਮ੍ਰਿਤਪਾਲ ਸਿੰਘ ਦੀ ਪੰਜਾਬ ਨੂੰ ਕੋਈ ਦੇਣ ਨੀ ਮੇਰਾ ਤਾਂ ਕੋਈ ਬਿਆਨ ਨੀ ਹੈ ਇੱਕ ਵਾਇਰਲ ਹੋ ਰਿਹਾ ਸੀ ਮੀਡੀਆ ਤੇ ਕਾਫੀ ਚਰਚਾ ਚ ਰਿਹਾ ਠੀਕ ਹੈ ਧੰਨਵਾਦ ਬਲਟੋਆ ਸਾਹਿਬ ਧੰਨਵਾਦ ਸਭ ਤੋਂ ਵੱਡੀ ਗੱਲ ਹੈ ਤਿੰਨ ਉਮੀਦਵਾਰ ਹੋਰ ਵੀ ਹੈ ਜੀ ਚਾਰ ਹੀ ਹੈ ਜੀ ਬਲਟੋਆ ਸਾਹਿਬ ਤੁਸੀਂ ਇੱਕ ਵੱਡਾ ਚਰਚਿਤ ਚਿਹਰਾ ਹੋ ਗੱਲ ਇਹ ਤਾਂ ਕਰਕੇ ਤੁਹਾਡੀ ਗੱਲ ਕੀਤੀ ਜਾਂਦੀ ਹੈ ਅਕਾਲੀ ਦਲ ਦੇ ਵੱਡੇ ਲੀਡਰ ਹੋ ਤੁਸੀਂ ਵੱਡਾ ਚਿਹਰਾ ਹੋ ਅਕਾਲੀ ਦਲ ਦਾ ਧੰਨਵਾਦ ਬਲਟੋਆ ਸਾਹਿਬ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਲਟੋਆ ਸਾਹਿਬ ਜੁੜਨ ਲਈ ਤੁਹਾਡਾ ਸਾਡੇ ਨਾਲ ਮੌਜੂਦ ਨੇ ਖਾਸ ਤੌਰ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਮਾਤਾ ਜੀ ਵਾਹਿ ਖਾਲਸਾ ਫਤਿਹ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਵਿਰਸਾ ਸਿੰਘ ਬਲਟੋਹਾ ਦੇ ਨਾਲ ਮੁਲਾਕਾਤ ਹੋਈ ਸੀ ਕੀ ਮੁਲਾਕਾਤ ਕੀ ਹੋਈ ਹੈ ਤੇ ਕੀ ਗੱਲਬਾਤ ਹੋਈ ਹੈ ਵਿਰਸਾ ਸਿੰਘ ਬਲਟੋਹਾ ਉਹੀ ਭਾਈ ਸਾਹਿਬ ਦਾ ਐਲਾਨ ਕੀਤਾ ਸੀ ਵੀ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਉਮੀਦਵਾਰ ਦਾ ਤੇ ਉਦੋਂ ਤੱਕ ਸ਼ਾਂਤ ਰਹੇ ਕੱਲ ਇਹਨਾਂ ਨੇ ਸ਼ਾਮੀ ਅਨਾਊਂਸ ਕੀਤਾ ਬਲਟੋਹਾ ਨੂੰ ਉੱਥੇ ਖਡੂਰ ਸਾਹਿਬ ਕੈਂਡੀਡੇਟ ਉਤਾਰਿਆ ਉਦੋਂ ਬਾਅਦ ਇਹਨਾਂ ਨੇ ਕਾਫੀ ਮਤਲਬ ਕਿ ਬਾਈਟ ਦਿੱਤੀਆਂ ਵਿੱਚ ਜਿੱਥੇ ਪਰਿਵਾਰ ਤੇ ਵੀ ਟਿੱਪਣੀਆਂ ਕੀਤੀਆਂ ਗਈਆਂ ਅਸੀਂ ਤਾਂ ਉਦੋਂ ਦੇ ਕਿਸੇ ਵੀ ਮਤਲਬ ਪਰਿਵਾਰ ਵੱਲੋਂ ਕੋਈ ਸਾਡੇ ਇਹੋ ਜਿਹੀ ਸ਼ਬਦਾਵਲੀ ਨਹੀਂ ਬੋਲੀ ਗਈ ਵੀ ਸੰਗਤਾਂ ਦੇ ਜੋ ਵਿਰੋਧ ਕਰਨਾ ਸੀ ਸੰਗਤਾਂ ਨੇ ਤੇ ਇਹਨਾਂ ਦਾ ਬਹੁਤ ਕੀਤਾ ਇਸ ਕਰਕੇ ਆਏ ਸੀ ਕਿ ਤੁਸੀਂ ਇੱਕ ਵਾਰੀ ਬੋਲ ਕੇ ਕਹੋ ਕਿ ਸੰਗਤਾਂ ਵਿਰੋਧ ਨਾ ਕਰਨ ਸੰਗਤਾਂ ਨੇ ਵਿਰੋਧ ਕਰਨਾ ਜੇ ਤੁਸੀਂ ਕੰਮ ਨੀ ਚੰਗੇ ਕੀਤੇ ਜੇ ਤੁਹਾਡੇ ਚੰਗੇ ਕੰਮਾਂ ਨੂੰ ਸੰਗਤਾਂ ਨੇ ਤੁਹਾਡਾ ਸਾਥ ਦੇਣਾ ਸੀ ਚੰਗੇ ਤਾਂ ਹੀ ਕਮੈਂਟ ਕਰਨਾ ਜੇ ਤੁਸੀਂ ਚੰਗੇ ਕੰਮ ਕਰਦੇ ਤੁਸੀਂ ਇੱਕ 13 ਸੀਟਾਂ ਸੀ ਇੱਕ ਸੀਟ ਛੱਡ ਕੇ ਪੰਥਕ ਇਲਾਕਾ ਸੀ ਜੇ ਕੋਈ ਨੌਜਵਾਨ ਅੱਗੇ ਆਉਂਦਾ ਵੀ ਮੈਂ ਪੰਥਨ ਪੰਜਾਬ ਨੂੰ ਬਚਾਵਾਂ ਪੰਜਾਬ ਦੀ ਨੌਜਵਾਨੀ ਨੂੰ ਬਚਾਵਾਂ ਪੰਜਾਬ ਦੇ ਪਾਣੀਆਂ ਨੂੰ ਬਚਾਵਾਂ ਚਾਹੇ ਬੰਦੀ ਸਿੰਘਾਂ ਦੀ ਗੱਲ ਰਹੀ ਪੁਰਾਣੀ ਜਿਹੜੇ ਇਹਨਾਂ ਦੀ ਮਤਲਬ ਪੂਰੀਆਂ ਸਜਾਵਾਂ ਵੀ ਕੱਟ ਚੁੱਕੇ ਆ ਜੇ ਉਹਨਾਂ ਦੀ ਰਿਹਾਈ ਦੀ ਕੋਈ ਗੱਲ ਕਰੂਗਾ ਤੇ ਤੁਸੀਂ ਕਿਉਂ ਉਹਦੀਆਂ ਲੱਤਾਂ ਖਿੱਚਦੇ ਜੀ ਜੀ ਇਸ ਕਰਕੇ ਇਹਨਾਂ ਨੇ ਮਤਲਬ ਕਿ ਉਹ ਪਿੱਛ ਛੁਰਾ ਮਾਰਨ ਵਾਲੀ ਗੱਲ ਕੀਤੀ ਆ ਤੇ ਮਾਤਾ ਜੀ ਗੱਲਬਾਤ ਹੋ ਗਈ ਕਿਉਂਕਿ ਚੋਣ ਲੜਨ ਲਈ ਤਿਆਰ ਨੇ ਪ੍ਰਚਾਰ ਕਦੋਂ ਸ਼ੁਰੂ ਕਰ ਰਹੇ ਤੁਸੀਂ ਫਿਰ ਹੁਣ ਪ੍ਰਚਾਰ ਇੱਕ ਦੋ ਦਿਨ ਤੱਕ ਸਵੇਰੇ ਅਸੀਂ ਕੱਲ ਤੱਕ ਸਾਹਿਬ ਦੇ ਅਰਦਾਸ ਕਰ ਰਹੇ ਹਾਂ ਅਰਦਾਸ ਬੇਨਤੀ
ਅੱਛਾ ਜੀ, ਤੇ ਉੱਥੇ ਕਾਨਫਰੰਸ ਹੋਊਗੀ, ਉਦੋਂ ਬਾਅਦ ਚ ਫਿਰ ਵਿਚਾਰ ਕੀਤਾ ਜਾਊਗਾ। ਅੱਛਾ, ਇੱਕ ਮਾਤਾ ਜੀ, ਜਿਸ ਤਰ੍ਹਾਂ ਤੁਹਾਡੀ ਗੱਲਬਾਤ ਹੋਈ ਹੈ, ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਸਿਮਰਨ ਸਿੰਘ ਮਾਨ ਨੇ ਜਿਹੜਾ ਆਪਣਾ ਉਮੀਦਵਾਰ ਆ ਉਹ ਵਾਪਸ ਲੈ ਲਿਆ, ਕੀ ਸਮਝਦੇ ਇਸ ਨੂੰ, ਕੀ ਲੱਗਦਾ ਕਿ ਤੁਹਾਨੂੰ ਕੀ ਨਾਮ ਹੈ, ਸ਼੍ਰੋਮਣੀ ਅਕਾਲੀ ਦਲ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਕਿ ਗੱਲਬਾਤ ਹੋਈ ਤੁਹਾਡੀ ਕੋਈ? ਅਕਾਲੀ ਸ਼੍ਰੋਮਣੀ ਕਮੇਟੀ ਅਕਾਲੀ ਦਲ ਵਾਲੇ ਅੱਜ ਆਏ ਸੀ ਸਾਡੇ ਕੋਲ, ਉਹਨਾਂ ਦਾ ਬਹੁਤ ਧੰਨਵਾਦ ਕਰਦੇ ਕਿ ਉਹਨਾਂ ਆਪਣਾ ਉਤਾਰਿਆ ਹੋਇਆ ਕੈਂਡੀਡੇਟ ਜਿਹੜਾ ਉਹ ਵਾਪਸ ਲਿਆ, ਤੇ ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ। ਸੰਗਤਾਂ ਨੂੰ ਅਪੀਲ ਵੀ ਕਰਦੇ ਹਾਂ ਵੀ ਵੱਧ ਚੜ ਕੇ ਹਜ਼ੂਰ ਸਾਹਿਬ ਹਲਕੇ ਤੇ ਸੰਗਰੂਰ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੋਵਾਂ ਨੂੰ ਵੱਧ ਚੜ ਕੇ ਵੋਟਾਂ ਪਾ ਕੇ ਆਪਣੇ ਜਿਹੜੇ ਮਤਲਬ ਕਿ ਐਮ ਪੀ ਬਣਾ ਕੇ ਜਿਹੜੇ ਕਿ ਆਪਣੇ ਪਾਰਲੀਮੈਂਟ ਚ ਜਾ ਕੇ ਗੱਲ ਕਰ ਸਕਣ, ਸਿੱਖਾਂ ਦੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਰੱਖਣ, ਪਾਣੀਆਂ ਪੰਜਾਬ ਦੇ ਪਾਣੀਆਂ ਦੇ ਮੁੱਦੇ ਰੱਖਣ, ਜਿਹੜਾ ਕਿ ਆਪਾਂ ਨੂੰ ਹੱਕ ਹੋਵੇ ਵੀ ਆਪਾਂ ਗੱਲ ਕਰ ਸਕੀਏ। ਜੀ, ਸਾਡੇ ਨਾ ਵਿਰਸਾ ਸਿੰਘ ਵਲਟੋਹਾ ਨਾਲ ਪਹਿਲਾਂ ਗੱਲਬਾਤ ਹੋਈ ਸੀ ਚੜ੍ਹਦੀ ਕਲਾ ਟਾਈਮ ਟੀਵੀ 'ਤੇ, ਅਤੇ ਉਹ ਕਹਿੰਦਾ ਮੇਰੀ ਨਾ ਜਿਹੜੀ ਨਾ ਅੰਮ੍ਰਿਤਪਾਲ ਸਿੰਘ ਦੀ ਵਾਈਫ ਨਾਲ ਜਿਹੜਾ ਮੈਨੂੰ ਪਰਸਨਲੀ ਫੋਨ ਆਇਆ ਸੀ, ਉਹਨਾਂ ਨਾਲ ਗੱਲਬਾਤ ਹੋਈ ਸੀ, ਤੁਸੀਂ ਚੋਣ ਲੜੋਗੇ ਤਾਂ ਅਸੀਂ ਜਿਹੜਾ ਤੁਹਾਡਾ ਸਮਰਥਨ ਦੇਣ ਲਈ ਤਿਆਰ ਹਾਂ, ਕਿ ਇਸ ਤਰ੍ਹਾਂ ਦੀ ਵੀ ਤੁਹਾਡੀ ਕੋਈ ਗੱਲਬਾਤ ਹੋਈ ਹੈ ਉਹਨਾਂ ਦੇ ਨਾਲ, ਕਿਸ ਤਰ੍ਹਾਂ? ਨਾ ਨਾ, ਇਹ ਬਿਲਕੁਲ ਝੂਠ ਹੋ ਰਿਹਾ, ਉਹਨਾਂ ਦੀ ਜਿਹੜੀ ਵਾਈਫ ਹੈ ਉਹ ਬਿਲਕੁਲ ਕਿਸੇ ਨਾਲ ਗੱਲ ਨਹੀਂ ਕਰਦੀ, ਨਾ ਉਹ ਵਿਰਸਾ ਬਟੂਆ ਨੂੰ ਜਾਣਦੀ ਹੈ ਵੀ ਇਹ ਕੌਣ ਵਾ, ਨਾ ਉਹਨੇ ਕਿਸੇ ਨਾਲ ਗੱਲ ਕੀਤੀ, ਉਹ ਹੀ ਪਰਿਵਾਰ ਤੇ ਝੂਠ ਬਾਤ ਟਿੱਪਣੀਆਂ ਬਣਾ ਰਹੇ ਆ, ਕਿਉਂਕਿ ਉਹਦੀ ਕਿਸੇ ਨਾਲ ਗੱਲ ਹੀ ਨਹੀਂ ਕਰਦੀ। ਵਿਰਸੇ ਬਟੋਏ ਦਾ ਉਹਨੂੰ ਪਤਾ ਹੀ ਨਹੀਂ ਵੀ ਉਹ ਕੌਣ ਹੈ ਵਿਰਸਾ ਬਟੋਆ, ਵਿਰਸੇ ਬਟੋਏ ਨਾਲ ਉਹਦੀ ਕਿੱਥੋਂ ਗੱਲਬਾਤ ਹੋਗੀ। ਅੱਛਾ ਜੀ, ਇਹ ਸਭ ਝੂਠ ਬਰਾਤ ਬੋਲ ਰਹੇ ਆ ਬਸ, ਹੋਰ ਕੋਈ ਗੱਲ ਨਹੀਂ। ਇਹਨਾਂ ਨੂੰ ਕਹੋ ਕਿ ਚੋਣ ਲੜਨੀ ਮੈਦਾਨ ਚ ਲੜੋ, ਇਹੋ ਜਿਹੀਆਂ ਜਿਹੜੀਆਂ ਝੂਠੀਆਂ ਟਿੱਪਣੀਆਂ ਉਹ ਨਾ ਕਰੋ। ਠੀਕ ਹੈ ਜੀ, ਮਾਤਾ ਜੀ, ਖਾਸ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ, ਖਾਸ ਤੌਰ 'ਤੇ ਖੰਡੂਰ ਸਾਹਿਬ ਦੀ ਸੰਗਤ ਨੂੰ, ਕਿਉਂਕਿ ਜਿਸ ਤਰ੍ਹਾਂ ਗੱਲ ਕੀਤੀ ਤੁਸੀਂ ਵੀ ਲਗਾਤਾਰ ਧਰਨੇ 'ਤੇ ਬੈਠੇ ਹੋ, ਤਾਂ ਖਾਸ ਤੌਰ 'ਤੇ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਸੰਗਤਾਂ ਦਾ ਇਹ ਵੀ ਸੰਗਤਾਂ ਦੇ ਸਹਿਯੋਗ ਮਤਲਬ ਬੇਨਤੀ ਨਾਲ ਹੀ ਉਹ ਭਾਈ ਸਾਹਿਬ ਜਿਹੜੇ ਆ ਉਹ ਮੈਦਾਨ 'ਚ ਆਏ ਆ, ਸੰਗਤਾਂ ਦੀ ਅਪੀਲ ਹੀ, ਸੰਗਤਾਂ ਦੇ ਹੁਕਮ ਨੂੰ ਮੰਨ ਕੇ ਉਹਨਾਂ ਨੇ ਫੈਸਲਾ ਕੀਤਾ ਕਿ ਮੈਂ ਚੋਣ ਲੜੂੰਗਾ। ਹੁਣ ਸੰਗਤਾਂ ਨੂੰ ਮੇਰੀ ਅਪੀਲ ਆ ਕਿ ਵੱਧ ਚੜ੍ਹ ਕੇ ਜਿੰਨੀ ਵੀ ਨੌਜਵਾਨੀ ਭੈਣ ਭਰਾਵਾਂ ਨੂੰ ਵੀ ਵੱਧ ਚੜ੍ਹ ਕੇ ਤੁਹਾਡੀ ਇੱਕ ਇੱਕ ਵੋਟ ਨਾਲ ਤੁਹਾਡਾ ਅੰਮ੍ਰਿਤਪਾਲ ਸਿੰਘ ਬਾਹਰ ਆ ਸਕਦਾ, ਤੇ ਵੱਧ ਵੱਧ ਤੋਂ ਵੱਧ ਚੋਣਾਂ ਪਾ ਵੋਟਾਂ ਪਾ ਕੇ ਤੇ ਆਪਣੀ ਜਿਹੜੀ ਮਤਲਬ ਕਿ ਇਹਨਾਂ ਨੂੰ ਕਾਮਯਾਬ ਕਰੋ। ਤੇ ਬਹੁਤ ਮੈਂ ਸੰਗਤਾਂ ਨੂੰ ਧੰਨਵਾਦ ਕਰਦੀ ਹਾਂ ਕਿ ਵੱਧ ਤੋਂ ਵੱਧ ਆਪਣੀਆਂ ਵੋਟਾਂ ਪਾਉਣ ਤੇ ਭਾਈ ਸਾਹਿਬ ਉਹਨਾਂ ਨੂੰ ਚਿਤਾਉਣ ਤੇ ਜੇਲ੍ਹਾਂ 'ਚ ਬਾਹਰ ਲੈ ਕੇ ਆਈਏ ਤੇ ਜਿਹੜੇ 'ਚ ਪੰਜਾਬ ਦੇ ਮੁੱਦੇ ਠਾ ਛੱਡ ਸਕਣ। ਤੇ ਮਾਤਾ ਜੀ, ਮੇਰਾ ਲਾਸਟ ਸਵਾਲ ਹੈ ਕਿ ਤੁਹਾਡੇ ਅੰਮ੍ਰਿਤਪਾਲ ਸਿੰਘ ਜੀ ਨਾਲ ਉਸ ਤੋਂ ਬਾਅਦ ਗੱਲਬਾਤ ਹੋਈ ਹੈ, ਜਦੋਂ ਚੋਣਾਂ ਦਾ ਐਲਾਨ ਕੀਤਾ ਕੋਈ ਫੋਨ ਤੇ ਗੱਲਬਾਤ ਹੋਈ ਹੈ ਜਾਂ? ਨਹੀਂ, ਉਹਨਾਂ ਦੇ ਫੋਨ ਨਾ ਬੰਦ ਹੋਏ ਹੋਏ ਆ, ਉਹਨਾਂ ਨੇ ਡੈਡੀ ਪੱਸੋਂ ਹੀ ਮਿਲ ਕੇ ਆਏ ਆ ਉਹਨਾਂ ਨੂੰ। ਅੱਛਾ ਜੀ, ਹੁਣ ਮੈਂ ਕਿਸੇ ਦਿਨ ਜਾਊਂਗੀ, ਉਹ ਫੋਨ ਨਹੀਂ ਆਉਂਦੇ, ਫੋਨ ਉਹਨਾਂ ਦੇ ਬੰਦ ਹੋਏ, ਮੇਰੀ ਗਾਹ ਦੀ ਗੱਲਬਾਤ ਨਹੀਂ ਹੋ ਰਹੀ। ਜਦੋਂ ਉਹਨਾਂ ਨੇ ਸਿੰਘਣੀ ਹਫ਼ਤੇ ਬਾਅਦ ਮਿਲਦੀ, ਉਹ ਸਾਨੂੰ ਮਿਲ ਕੇ ਦੱਸਦੀ ਹੈ, ਸਵੇਰੇ ਉਹਨੇ ਮਿਲਣਾ ਵਾ ਮਤਲਬ ਮੰਗਲਵਾਰ, ਫਿਰ ਉਹ ਸਾਨੂੰ ਦੱਸੂਗੀ ਸਾਰੀ ਗੱਲਬਾਤ। ਠੀਕ ਹੈ, ਠੀਕ ਹੈ, ਧੰਨਵਾਦ ਜੀ ਬਹੁਤ ਬਹੁਤ, ਵਾਹਿਗੁਰੂ ਖਾਲਸਾ ਫਤਿਹ ਜੀ। ਸੋ ਬਿਲਕੁਲ ਪਾਣਾ ਜੀ, ਤੁਸੀਂ ਵੀ ਗੱਲਬਾਤ ਕੀਤੀ ਹੈ, ਜੇਕਰ ਵਿਰਸਾ ਸਿੰਘ ਵਲਟੋਆ ਨੇ ਸਿੱਧੇ ਤੌਰ ਤੇ ਕਿਹਾ ਵੀ ਜਿਹੜਾ ਮੁਲਾਕਾਤ ਦੇ ਮਾਇਨੇ ਕੀ ਸੀ, ਤਾਂ ਉਹਨਾਂ ਨੇ ਕਿਹਾ ਮੁਲਾਕਾਤ ਕੀਤੀ ਹੈ, ਸਾਡਾ ਫਰਜ਼ ਸੀ ਇੱਕ ਪੰਥਕ ਨਾਂ ਤੇ ਹੋਣ ਦੇ ਨਾਂ ਤੇ, ਕਿਉਂਕਿ ਪੰਥਕ ਪਾਰਟੀ ਹੈ, ਤੇ ਹੁਣ ਜਿਹੜਾ ਕਿਹਾ ਵੀ ਚੋਣ ਤਾਂ ਅਸੀਂ ਲੜਾਂਗੇ। ਤੇ ਵਿਰਸਾ ਸਿੰਘ ਵਲਟੋਆ ਨੇ ਗੱਲ ਇਹ ਕਹੀ ਹੈ ਕਿ ਮੈਨੂੰ ਫੋਨ ਆਇਆ ਸੀ 2-4 ਦਿਨ ਪਹਿਲਾਂ, ਤੇ ਉਹਨਾਂ ਦੇ ਖਾਸ ਕਰਕੇ ਜਿਹੜੇ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਪਤਨੀ ਹੈ ਕਿਰਨ ਕੌਰ ਜੀ, ਵੀ ਉਹਨਾਂ ਨੇ ਮੈਨੂੰ ਸੁਨੇਹਾ ਭੇਜਿਆ ਸੀ ਕਿ ਵੀ ਜੇ ਬਲਟੋਆ ਸਾਹਿਬ ਜੇ ਤੁਹਾਨੂੰ ਕੋਈ ਸੀਟ ਮਿਲਦੀ ਹੈ ਜਾਂ ਤੁਹਾਨੂੰ ਪਾਰਟੀ ਟਿਕਟ ਦਿੰਦੀ ਹੈ ਤਾਂ ਅਸੀਂ ਤੁਹਾਡੀ ਹਮਾਇਤ ਕਰਾਂਗੇ, ਇਸ ਕਰਕੇ ਮੇਰਾ ਜਾਣਾ ਫਰਜ਼ ਸੀ। ਬਿਲਕੁਲ ਬਿਲਕੁਲ, ਠੀਕ ਹੈ, ਕੋਈ ਵੀ ਹੈ ਚਾਹੇ ਟਿਕਟ ਮਿਲੇ ਨਾ ਮਿਲੇ ਜਾਂ ਅੱਗੋਂ ਹਮਾਇਤ ਹੀ ਮਿਲੇ ਨਾ ਮਿਲੇ ਸਮਰਥਨ ਮਿਲੇ ਨਾ ਮਿਲੇ, ਜਾਣਾ ਫਰਜ਼ ਹੈ। ਉਹ ਕਹਿੰਦੇ ਮੈਂ ਆਪਣਾ ਫਰਜ਼ ਨਿਭਾਇਆ, ਹੁਣ ਉਹਨਾਂ ਦੀ ਮਰਜ਼ੀ ਹੈ ਪਰਿਵਾਰ ਦੀ, ਪਰ ਪਰਿਵਾਰ ਨੇ ਤਾਂ ਅੱਗੋਂ ਐਲਾਨ ਕਰਤਾ ਕਿ ਅਸੀਂ ਕੱਲ੍ਹ ਤੋਂ ਪ੍ਰਚਾਰ ਕਰ ਰਹੇ ਸ਼ੁਰੂ ਕਰ ਰਹੇ ਹਾਂ, ਕਿਉਂਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਆਪਾਂ ਦੇਖਦੇ ਹਾਂ ਕਿ ਉਹਦੇ ਜਿਹੜੇ ਲੀਡਰ ਨੇ ਖਾਸ ਕਰਕੇ ਮੈਕਸਿਮਮ ਪੰਥਕ ਲੀਡਰਾਂ ਦੇ ਨਾਲ ਮੈਦਾਨ ਚ ਤਾਰੇ ਗਏ ਜਾਣ ਕੇ, ਜਿਹੜਾ ਹਰਪਾਲ ਸਿੰਘ ਬਲੇਰ ਉਹ ਵੀ ਇੱਕ ਪੰਥਕ ਚਿਹਰਾ ਖਡੂਰ ਸਾਹਿਬ ਇਲਾਕੇ ਦਾ, ਜਿਹਨੂੰ ਟਿਕਟ ਮਿਲੀ ਸੀ, ਉਹਨਾਂ ਨੇ ਆਪਣੀ ਜਿਹੜੀ ਟਿਕਟ ਛੱਡਤੀ ਹੈ, ਤਾਂ ਹੁਣ ਭਾਈ ਅੰਮ੍ਰਿਤਪਾਲ ਸਿੰਘ ਜਾਂ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਆ ਜਿਹੜਾ, ਉਹਨਾਂ ਲਈ ਟਿਕਟ ਵਾਪਸ ਕਰਨਾ ਜਾਂ ਉਹਨਾਂ ਲਈ ਇਹ ਕਹਿ ਦੇਣਾ ਕਿ ਅਸੀਂ ਟਿਕਟ ਨਹੀਂ ਲੜਨੀ, ਔਰ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ
ਜਿਹੜਾ ਕਾਫੀ ਦੇਰ ਤੋਂ ਬੇਅਦਬੀਆਂ ਦੇ ਮਾਮਲਿਆਂ ਦੇ ਵਿੱਚ ਜਾਂ ਜਿਹੜੀਆਂ ਹੋਰ ਘਟਨਾਵਾਂ ਹੋਈਆਂ ਉਹਨਾਂ ਦੇ ਵਿੱਚ ਘਿਰਿਆ ਰਿਹਾ ਤਾਂ ਉਹਦੇ ਲਈ ਸ਼ੀਟ ਛੱਡਣਾ ਇਹ ਮੁਮਕਿਨ ਨਹੀਂ ਹੈਗਾ। ਹੋ ਹੀ ਨਹੀਂ ਸਕਦਾ ਕਿ ਵਿਰਸਾ ਸਿੰਘ ਬਲਟੋਹਾ ਨੂੰ ਜਵਾਬ ਮਿਲ ਗਿਆ ਤੇ ਦੂਜੀ ਗੱਲ ਇਹ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜਿਹੜਾ ਇੱਕ ਪੰਥਕ ਚਿਹਰਾ ਵੱਡਾ ਤੇ ਉਹਨਾਂ ਦਾ ਇੱਕ ਪੰਥਕ ਨਾਮ ਰਿਹਾ ਪਿਛਲੇ ਲਗਭਗ 5-6 ਮਹੀਨੇ ਜਾਂ 1 ਸਾਲ ਤੋਂ ਜਿਹੜਾ ਹੈਗਾ ਪੂਰੇ ਪੰਜਾਬ ਦੇ ਵਿੱਚ, ਫਿਰ ਇੱਕ ਪੰਥਕ ਸ਼ੀਟ ਹੈ ਤੇ ਉਸ ਸ਼ੀਟ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਨ ਦੇਣਾ ਇਹ ਤਾਂ ਵੈਸੇ ਸੰਭਵ ਨਹੀਂ ਹੈਗਾ। ਅੱਛਾ ਰਬਾਣੀ, ਇੱਕ ਲੋਕ ਜਿਹੜੇ ਸੋਚ ਰਹੇ ਹੋਣਗੇ ਵੀ ਭਾਈ ਅੰਮ੍ਰਿਤਪਾਲ ਸਿੰਘ ਤਾਂ ਜੇਲ੍ਹ 'ਚ ਹੈ, ਵੀ ਕਿਸ ਤਰ੍ਹਾਂ ਪ੍ਰਚਾਰ ਕਰਨਗੇ, ਚੋਣਾਂ ਕਿਸ ਤਰ੍ਹਾਂ ਲੜਨਗੇ, ਕਿਉਂਕਿ ਜ਼ਿਆਦਾਤਰ ਜਿਹੜਾ ਮੈਨੂੰ ਲੱਗਦਾ ਲੋਕਾਂ ਨੂੰ ਜਾਣਕਾਰੀ ਨਹੀਂ ਹੋਊਗੀ ਵੀ ਜਿਹੜਾ ਉਹ ਕਿਸ ਤਰ੍ਹਾਂ, ਕਿਉਂਕਿ ਜਦੋਂ ਆਪਾਂ ਦੇਖਦੇ ਹਾਂ ਨਾ ਅੱਜ ਕੱਲ੍ਹ ਜਿਹੜਾ ਦੌਰ ਚੱਲ ਰਿਹਾ, ਜਿਹੜਾ ਕੈਂਡੀਡੇਟ ਆ ਖੁਦ ਜਿਹੜਾ ਮਾਰਕੀਟ ਦੇ ਵਿੱਚ ਜਾ ਰਿਹਾ, ਬਾਜ਼ਾਰ ਦੇ ਵਿੱਚ ਜਾ ਰਿਹਾ, ਮੁਹੱਲਿਆਂ ਦੇ ਵਿੱਚ ਜਾ ਰਿਹਾ, ਰੈਲੀਆਂ ਕਰ ਰਿਹਾ, ਫਿਰ ਇਸ ਤਰ੍ਹਾਂ ਅੰਮ੍ਰਿਤਪਾਲ ਸਿੰਘ ਦਾ ਚੋਣ ਪ੍ਰਚਾਰ ਕਿਸ ਤਰ੍ਹਾਂ ਹੋਵੇਗਾ ਕਿ ਇੱਦਾਂ ਹੋ ਸਕਦਾ ਵੀ ਜੇਲ੍ਹ ਦੇ ਵਿੱਚ ਰਹਿ ਕੇ ਵੀ ਉਸ ਤੋਂ ਬਾਅਦ ਜਿਹੜੇ ਉਹਦੇ ਪਰਿਵਾਰਕ ਮੈਂਬਰ ਨੇ ਉਹ ਪ੍ਰਚਾਰ ਕਰ ਸਕਣ। ਅਮਰਜੀਤ, ਗੱਲ ਜਿਹੜਾ ਸਾਡਾ ਕਾਨੂੰਨ ਹੈ ਨਾ ਭਾਰਤ ਦਾ, ਉਹ ਕਾਨੂੰਨ ਹੀ ਇਹੋ ਜਿਹਾ ਕਿ ਕੋਈ ਵੀ ਬੰਦਾ ਜੇਲ੍ਹ ਦੇ ਵਿੱਚ ਰਹਿ ਕੇ MP ਬਣ ਸਕਦਾ, MLA ਬਣ ਸਕਦਾ। ਜਿਵੇਂ ਹੁਣ ਤੁਸੀਂ ਆਪਾਂ ਜੇ ਦਿੱਲੀ ਵਾਲੀ ਘਟਨਾ ਦੇ ਉਦਾਹਰਣ ਦੇਈਏ ਤਾਂ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਰਹਿ ਕੇ ਮੁੱਖ ਮੰਤਰੀ ਦਾ ਆਪਣਾ ਅਹੁਦਾ ਚਲਾ ਰਹੇ ਨੇ ਉਹ, ਤਾਂ ਸਾਡਾ ਕੋਈ ਵੀ ਲਾ ਇਹੋ ਜਿਹਾ ਨਹੀਂ ਹੈਗਾ ਕਿ ਤੁਸੀਂ ਜੇਲ੍ਹ 'ਚੋਂ ਅਤੇ ਜੇਲ੍ਹ 'ਚ ਤੁਸੀਂ MP ਨਹੀਂ ਬਣ ਸਕਦੇ, MLA ਨਹੀਂ ਬਣ ਸਕਦੇ। ਤੁਸੀਂ ਸਮੇਂ ਪਹਿਲਾਂ ਸਿਮਰਜੀਤ ਸਿੰਘ ਮਾਨ ਵੀ ਜੇਲ੍ਹ 'ਚ ਰਹੇ ਸੀ, ਸਿਮਰਜੀਤ ਸਿੰਘ ਮਾਨ ਵੀ ਜਿੱਤੇ ਸੀ, ਤਾਂ ਇੱਕ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਦੇ ਇੱਕ ਹੋਰ ਜਿਹੜੇ ਲੀਡਰ ਨੇ ਉਹ ਵੀ ਜਿੱਤੇ ਸੀਗੇ ਕਾਫੀ ਦੇਰ ਪਹਿਲਾਂ, ਮਤਲਬ 3-4 ਜਿਹੜੇ ਚਿਹਰੇ ਨੇ ਪਹਿਲਾਂ ਪੰਥਕ ਚਿਹਰੇ ਉਹ ਜਿੱਤ ਚੁੱਕੇ ਨੇ, ਜੇਲ੍ਹ 'ਚ ਰਹਿ ਕੇ ਉਹ MP ਬਣ ਚੁੱਕੇ ਨੇ, ਅਤੇ MP ਬਣਨ ਤੋਂ ਬਾਅਦ ਉਹ ਜਦੋਂ ਜੇਲ੍ਹ 'ਚ MP ਬਣੇ ਫਿਰ ਉਹ ਰਿਹਾ ਹੋਏ ਸੀ। ਤਾਂ ਹੁਣ ਜਿਹੜੀ ਇਹ ਮੁਹਿੰਮ ਹੈਗੀ ਹੈ, ਦੇਖੋ ਜਿਹੜਾ ਪੰਥ ਇਹ ਖਡੂਰ ਸਾਹਿਬ ਇਲਾਕਾ ਉਹ ਆਪਾਂ ਜਿਵੇਂ ਪਹਿਲਾਂ ਗੱਲ ਕਰਕੇ ਹਟੇ ਪੰਥਕ ਚਿਹਰਾ, ਅਤੇ ਉਸ ਏਰੀਏ ਦੇ ਵਿੱਚ ਜਿਹੜੇ ਪੰਥਕ ਵੋਟ ਆ ਉਹ ਬਹੁਤ ਜ਼ਿਆਦਾ। ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਉਮੀਦਵਾਰ ਨੇ ਵਿਰਸਾ ਸਿੰਘ ਬਲਟੋਹਾ, ਤਾਂ ਉਹ ਗੱਲਾਂ ਵਿੱਚ ਹੁਣ ਉਹ ਕਹਿ ਚੁੱਕੇ ਨੇ, ਉਹ ਕਹਿੰਦੇ ਜੀ ਇਹ ਕਿਹੜਾ ਪੰਥਕ 'ਚ ਸੀਟ ਰਹਿ ਗਈ ਹੁਣ, ਇੱਥੋਂ ਤਾਂ ਥੋੜ੍ਹੀ ਦੇਰ ਪਹਿਲਾਂ ਜਿਹੜਾ ਡਿੰਪਾ ਸੀ ਜਸਵੀਰ ਸਿੰਘ ਕਾਂਗਰਸ ਦਾ ਉਹ ਜਿਤਾ ਤਾ, ਹੁਣ ਪੰਥਕ ਸੀਟ ਕਿਹੜੀ ਰਹਿ ਗਈ, ਉਹਨਾਂ ਨੇ ਇਹ ਵੀ ਕਹਿਤਾ। ਠੀਕ ਆ, ਉਹਨਾਂ ਦਾ ਆਪਣਾ ਇੱਕ ਤਰਕ ਹੈਗਾ, ਪਰ ਫਿਰ ਵੀ ਜ਼ਿਆਦਾਤਰ ਜਿਹੜੀ ਵੋਟ ਆ ਪੰਥਕ ਵੋਟ ਹੈਗੀ ਆ ਉੱਥੇ, ਔਰ ਉੱਧਰਲੇ ਜਿਹੜੇ ਲੋਕ ਨੇ, ਦੇਖੋ ਅੰਮ੍ਰਿਤਪਾਲ ਸਿੰਘ ਨੇ ਜਦੋਂ ਇੱਕ ਵਹੀਰ ਚਲਾਈ ਸੀ ਜਾਂ ਭਾਈ ਅੰਮ੍ਰਿਤਪਾਲ ਸਿੰਘ ਆਇਆ ਸਟਾਰਟਿੰਗ ਵਹੀਰ ਵੀ ਉਸ ਏਰੀਆ 'ਚੋਂ ਕੀਤੀ ਸੀਗੀ, ਤਾਂ ਉਸ ਏਰੀਏ ਦੇ ਲੋਕ ਹੀ ਜ਼ਿਆਦਾਤਰ ਜੁੜਦੇ ਸੀ ਨਾਲ, ਅਤੇ ਜਿੰਨੀ ਵਾਰ ਉਹਨਾਂ ਨੇ ਆਪਣਾ ਇਕੱਠ ਕੀਤਾ ਜਾਂ ਜਿੰਨੀ ਵਾਰ ਉਹਨਾਂ ਨੇ ਆਪਣੇ ਪ੍ਰੋਗਰਾਮ ਕੀਤੇ ਨੇ, ਉਹ ਸਾਰੇ ਉਸ ਏਰੀਏ ਦੇ ਲੋਕ ਨੇ ਜਿਹੜੇ ਉਹ ਹੀ ਆ ਸਕਦੇ। ਹੁਣ ਤੁਸੀਂ ਗੱਲ ਕੀਤੀ ਹੈ ਪਰਿਵਾਰ ਦੀ, ਜਿਹੜੀ ਵੋਟ ਪੈਣੀ ਹੈ ਤੁਸੀਂ ਜਾਓ ਨਾ ਜਾਓ ਲੋਕਾਂ 'ਚ, ਪਰ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਆਪਾਂ ਦੇਖ ਰਹੇ ਕਿ ਉਹ ਇੱਕ ਨਾ ਇਹੋ ਜਿਹਾ ਚਿਹਰਾ ਬਣ ਗਿਆ, ਇਹੋ ਜਿਹਾ ਇੱਕ ਪੰਥਕ ਚਿਹਰਾ ਬਣ ਗਿਆ ਕਿ ਆਟੋਮੈਟਿਕਲੀ ਲੋਕ ਉਹਦੇ ਨਾਲ ਜਿਹੜੇ ਹੈਗੇ ਨੇ, ਜਿਹੜਾ ਇੱਕ ਪੰਥਕ ਲੋਕ ਆ ਜਿਹੜੇ ਉਹ ਉਹਦੇ ਨਾਲ ਜੁੜਨ ਲੱਗ ਗਏ। ਮੰਨ ਲਓ ਜਿਹੜੇ ਬੰਦੇ ਨੇ ਵੋਟ ਇਸ ਕਰਕੇ ਪੰਥ ਨੂੰ ਵੋਟ ਪਾਉਣੀ ਹੈ ਤਾਂ ਉਹ ਕਹਿੰਦਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਾ ਦਿਓ। ਬਿਲਕੁਲ ਬਿਲਕੁਲ, ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ, ਸ਼੍ਰੋਮਣੀ ਅਕਾਲੀ ਦੇ ਮਾਨ ਨੇ ਆਪਣਾ ਜਿਹੜਾ ਉੱਥੋਂ ਉਮੀਦਵਾਰ ਆ ਉਹ ਵਾਪਸ ਕਰ ਲਿਆ ਵਾ, ਤਾਂ ਇਸ ਕਰਕੇ ਵਿਰਸਾ ਸਿੰਘ ਬਲਟੋਹਾ ਲਈ ਮੁਸ਼ਕਿਲਾਂ ਤਾਂ ਹੈ। ਬਿਲਕੁਲ, ਕਿਉਂਕਿ ਜਦੋਂ ਜੇ ਦੂਜੀ ਗੱਲ ਇੱਕ ਹੋਰ ਹੈ ਕਿ ਜਿਹੜੀ ਪੰਥਕ ਵੋਟ, ਆਪਾਂ ਇਹ ਨਹੀਂ ਕਹਿੰਦੇ ਕਿ ਸਾਰੀ ਵੋਟ ਹੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੈ ਜਾਣੀ ਹੈ, ਤਾਂ ਕੁਝ ਲੋਕ ਜਿਹੜੇ ਪੰਥਕ ਨੇ ਉਹ ਅਕਾਲੀ ਦਲ ਨਾਲ ਵੀ ਜੁੜੇ ਹੋਏ ਨੇ। ਜਦਕਿ ਆਪਾਂ ਖੰਡੂਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਬੜਾ ਜਿਹੜਾ ਦਿਲਚਸਪ ਜਿਹੜਾ ਮੁਕਾਬਲਾ ਉੱਥੇ ਦੇਖਣ ਨੂੰ ਮਿਲੇਗਾ, ਕਿਉਂਕਿ ਜਿਸ ਤਰ੍ਹਾਂ ਅਕਾਲੀ ਦਲ ਵੀ ਜਿਹੜਾ ਕਹਿ ਰਿਹਾ ਸੀ ਪੰਥਕ ਪਾਰਟੀਆਂ, ਦੂਜੇ ਪਾਸੇ ਅੰਮ੍ਰਿਤਪਾਲ ਨੂੰ ਵੀ ਤਾਰਿਆ, ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਮਝੌਤਾ ਹੋ ਸਕਦਾ, ਕਿਉਂਕਿ 1 ਮਹੀਨੇ ਦੇ ਕਰੀਬ ਜਿਹੜਾ ਚੋਣਾਂ ਨੂੰ ਪਿਆ ਅਜੇ? ਨਹੀਂ ਨਹੀਂ, ਦੇਖੋ ਅਮਰ ਜੀ, ਕੋਈ ਸਮਝੌਤਾ ਹੋਣ ਦਾ ਕੋਈ ਚਾਂਸ ਨਹੀਂ ਹੈਗਾ, ਕਿਉਂਕਿ ਅਕਾਲੀ ਦਲ ਉੱਥੋਂ ਪਹਿਲਾਂ 2 ਵਾਰ ਪਹਿਲਾਂ ਜਿੱਤ ਚੁੱਕਿਆ, ਕਈ ਵਾਰ 2009 ਦੇ ਵਿੱਚ ਉੱਥੋਂ ਰਤਨ ਸਿੰਘ ਅਜਨਾਲਾ ਨੇ ਜਿਹੜੇ ਅਕਾਲੀ ਦਲ ਦੇ ਵੱਡੇ ਚਿਹਰੇ ਸੀ ਉਹ ਜਿੱਤੇ ਨੇ, ਉਸ ਤੋਂ ਬਾਅਦ 2014 ਦੇ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਉਹ ਵੀ ਅਕਾਲੀ ਦਲ ਦੇ ਵੱਡੇ ਚਿਹਰੇ ਸੀ ਉਹ ਜਿੱਤੇ ਨੇ ਉੱਥੋਂ, ਉਸ ਤੋਂ ਬਾਅਦ 2019 ਦੇ ਵਿੱਚ ਆ ਕੇ ਜਸਵੀਰ ਸਿੰਘ ਡਿੰਪਾ
ਜਿਹੜੇ ਕਾਂਗਰਸ ਪਾਰਟੀ ਦੇ ਨੇ ਉਹ ਜਿੱਤੇ ਨੇ, ਜਿਨ੍ਹਾਂ ਨੂੰ ਲੈ ਕੇ ਕਮੈਂਟ ਕੀਤਾ ਬਿਰਸਾ ਸਿੰਘ ਬਟੋਹਾ ਨੇ ਕਿ ਹੁਣ ਪੰਥਕ ਸੀਟ ਕਿਹੜੀ ਰਹਿ ਗਈ, ਹੁਣ ਤਾਂ ਉੱਥੋਂ ਕਾਂਗਰਸ ਦਾ ਬੰਦੇ ਜਿੱਤ ਗਿਆ, ਵੀ ਹੁਣ ਕੋਈ ਪੰਥਕ ਦਾ ਕੋਈ ਬਹੁਤਾ ਵੱਡਾ ਕੋਈ ਰੋਲ ਨਹੀਂ ਰਿਹਾ, ਵੀ ਇਹ ਪੰਥਕ ਵੋਟ ਆ, ਪੰਥਕ ਸੀਟ ਆ, ਪੰਥਕ ਇਕੱਲਾ ਇਲਾਕਾ ਹੈਗਾ, ਵੀ ਇੱਦਾਂ ਦੀ ਕੋਈ ਗੱਲ ਨਹੀਂ ਰਹੀ। ਅਤੇ ਇਸ ਕਰਕੇ ਜਿਹੜੀ ਹੁਣ ਗੱਲ ਕਰ ਰਿਹਾ, ਪਰ ਹਾਂ ਪੰਥਕ ਵੋਟ ਡਿਵਾਈਡ ਜ਼ਰੂਰ ਹੋਏਗੀ ਦੋ ਥਾਂ 'ਤੇ, ਕਿਉਂਕਿ ਦੇਖੋ ਦੂਜੇ ਪਾਸੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਹੈ ਅਤੇ ਇੱਕ ਪਾਸੇ ਭਾਈ ਅੰਮ੍ਰਿਤਪਾਲ ਸਿੰਘ, ਉਹ ਡਿਵਾਈਡ ਜ਼ਰੂਰ ਹੋਏਗੀ, ਵੋਟ ਦਾ ਜਿਹੜਾ ਨੁਕਸਾਨ ਤਾਂ ਜ਼ਰੂਰ ਹੋਏਗਾ ਅੰਮ੍ਰਿਤਪਾਲ ਸਿੰਘ ਨੂੰ, ਅਗਰ ਜੇ ਬਿਰਸਾ ਸਿੰਘ ਬਟੋਹਾ ਖੜਦੇ ਆ। ਹਾਂ ਇਹ ਜ਼ਰੂਰ ਆ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਵੀ ਆਪਣਾ ਉਮੀਦਵਾਰ ਉੱਥੋਂ ਨਾ ਉਤਾਰਦਾ, ਭਾਈ ਅੰਮ੍ਰਿਤਪਾਲ ਸਿੰਘ ਨੂੰ ਸਮਰਥਨ ਦੇ ਦਿੰਦਾ, ਤਾਂ ਫਿਰ ਫਾਇਦਾ ਜ਼ਿਆਦਾ ਹੋਣਾ ਸੀ, ਫਿਰ ਕਾਂਗਰਸ ਨੂੰ ਜ਼ਿਆਦਾ ਨੁਕਸਾਨ ਹੋਣਾ ਸੀਗਾ। ਤਾਂ ਹੁਣ ਕਾਂਗਰਸ ਦੇ ਜਿਹੜੇ ਉਮੀਦਵਾਰ ਨੇ ਉਹ ਵੀ ਇੱਕ ਸਿੱਖ ਚਿਹਰਾ, ਜਿਹੜੇ ਕਾਂਗਰਸ ਪਾਰਟੀ ਦੇ ਨੇ ਕੁਲਵੀਰ ਸਿੰਘ ਜੀਰਾ, ਉਹ ਵੀ ਸਿੱਖ ਚਿਹਰਾ ਹੈਗੇ ਨੇ ਉਸ ਵੇਲੇ, ਕਿਉਂਕਿ ਉਹ ਸੀਟ ਇਸੇ ਕਰਕੇ ਸਿੱਖ ਚਿਹਰਾ ਉੱਥੋਂ ਉਲਾਰਿਆ ਜਾਂਦਾ, ਅਤੇ ਜਿਹੜੇ ਮਨਜੀਤ ਸਿੰਘ ਮੰਨਾ ਬੀਜੇਪੀ ਦੇ ਆ ਉਹ ਵੀ ਸਿੱਖ ਚਿਹਰਾ ਨੇ, ਅਤੇ ਉੱਥੋਂ ਇਸੇ ਕਰਕੇ ਉਤਾਰਿਆ ਜਾਂਦਾ ਕਿ ਉਹ ਜਿਹੜੀ ਸੀਟ ਹੈ ਉਹ ਖਾਸ ਕਰਕੇ ਜਿਹੜੀ ਸਿੱਖ ਮਾਈਂਡਡ ਜਿਹੜੇ ਚੇਰ ਲੋਕ ਨੇ ਉਹ ਉਸ ਏਰੀਏ ਦੇ ਵਿੱਚ ਜ਼ਿਆਦਾ ਕਰਕੇ ਨੇ। ਠੀਕ ਹੈ, ਬਿਲਕੁਲ ਪਾਣੀ, ਬਹੁਤ ਬਹੁਤ ਧੰਨਵਾਦ। ਸੋ ਬਿਲਕੁਲ ਅੱਜ ਅਸੀਂ ਜਿਹੜੀ ਆ ਗੱਲਬਾਤ ਕੀਤੀ ਆ ਬੋਲਦਾ ਪੰਜਾਬ ਦੇ ਵਿੱਚ ਹਲਕਾ ਖੰਡੂਰ ਸਾਹਿਬ ਦੀ, ਕਿਉਂਕਿ ਜੇਕਰ ਹਲਕਾ ਖੰਡੂਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਜਿਹੜਾ ਮੁਕਾਬਲਾ ਉਹ ਦਿਲਚਸਪ ਜਿਹੜਾ ਦੇਖਣ ਨੂੰ ਮਿਲ ਸਕਦਾ, ਕਿਉਂਕਿ ਇੱਥੇ ਜਿਹੜੀ ਹੈ ਸੀਟਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਖਾਸ ਤੌਰ 'ਤੇ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਨੇ ਉਹ ਚੋਣ ਲੜਨ ਜਾ ਰਹੇ ਨੇ। ਬੇਸ਼ੱਕ ਮੁਲਾਕਾਤ ਜਿਹੜੀ ਹੈ ਉਹ ਪਰਿਵਾਰ ਦੇ ਨਾਲ ਕੀਤੀ ਗਈ ਹੈ, ਯਾਨੀ ਕਿ ਕਹਿ ਸਕਦਾ ਵਿਰਸਾ ਸਿੰਘ ਬਲਟੋਆ ਦੀ, ਤਾਂ ਕੀ ਜਿਹੜਾ ਪਰਿਵਾਰ ਵੱਲੋਂ ਸੁਨੇਹਾ ਆਇਆ ਕਿ ਉਹ ਚੋਣ ਲੜਨਗੇ ਨਹੀਂ, ਤਾਂ ਅਸੀਂ ਬੋਲਦਾ ਪੰਜਾਬ ਦੇ ਵਿੱਚ ਸਾਰੀ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਹੈ। ਤੁਹਾਨੂੰ ਪ੍ਰੋਗਰਾਮ ਕਿਸ ਦਾ ਲੱਗਦਾ ਤੁਸੀਂ ਜਿਹੜਾ ਕਮੈਂਟ ਬੁੱਕ ਦੇ ਵਿੱਚ ਜਾ ਕੇ ਕਮੈਂਟ ਕਰੋ, ਅਤੇ ਪਰਸਨਲ ਜਿਹੜਾ ਹੈ ਫੋਨ ਵੀ ਕਰ ਸਕਦੇ ਹੋ। ਅਗਲੇ ਜਿਹੜਾ ਕੱਲ੍ਹ ਨੂੰ ਜਾਣ ਕਿ ਹੋਰ ਮੁੱਦੇ ਨੂੰ ਲੈ ਕੇ ਅਸੀਂ ਚਰਚਾ ਕਰਾਂਗੇ। ਮੈਨੂੰ ਅਤੇ ਮੇਰੇ ਸਹਿਯੋਗੀ ਨੂੰ ਦਿਓ ਇਜਾਜ਼ਤ, ਧੰਨਵਾਦ।